ਚਿੱਟਾ ਕਰ ਲੈਣ ਕੀ ਕਹਿ ਗਿਆ। ਮੈਂ ਵੀਡੀਓ ਬਣਾਉਣ ਲੱਗਿਆ ਸੀ, ਸ਼ਿਵਲੀ ਕਹਿੰਦਾ ਵੀ ਖੜ ਜੂ ਪਹਿਲਾਂ, ਮੈਨੂੰ ਕਹਿੰਦਾ ਦਾੜੀ ਤੇ ਹੱਥ ਮਾਰ। ਅੱਛਾ, ਸ਼ਕਲ ਕਹਿੰਦਾ ਵਧੀਆ ਕਰ ਲੈਣ ਦੋ। ਹਾਂ ਵੀ ਲਾਲੀ ਸਿੰਘ, ਠੀਕ ਠਾਕ ਜੀ, ਵਧੀਆ ਵਧੀਆ ਰਹਿੰਦੇ ਨੇ ਸਾਡੀ ਸਿੰਘ ਚੜ੍ਹਦੀ ਕਲਾ ਚ। ਆਪ ਵੀ ਚੜ੍ਹਦੀ ਕਲਾ ਚ ਰਿਹਾ ਕਰੋ ਕਿਉਂਕਿ ਤੁਸੀਂ ਸਾਡੇ ਹੋ, ਠੀਕ ਹੈ ਨਾ। ਜਿਹੜਾ ਭਾਈ ਆਪਣਾ ਬਣ ਜਾਂਦਾ ਹੈ ਉਹ ਹਮੇਸ਼ਾ ਖੁਸ਼ ਰਹਿਣਾ ਚਾਹੀਦਾ। ਹਾਂ, ਉਹ ਤੇ ਉਹ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਕਿਉਂਕਿ ਮਹਾਰਾਜ ਖੁਸ਼ ਰੱਖਦੀ ਉਹਨੂੰ ਜਿਹੜਾ ਆਪ ਖੁਸ਼ ਰਹਿੰਦਾ ਹੈ। ਸਾਰਾ ਦਿਨ ਰੋਈ ਜਾਣਾ, ਮਰ ਗਏ ਹੋਏ, ਖੱਪ ਗਏ ਹੋਏ, ਬਸ ਉਹ ਫਿਰ ਉਹ ਜਿਹੀ ਉਹਦਾ ਜੀ ਦੁਖੀ ਰਹਿੰਦਾ, ਉਹ ਦੁਖੀ ਰਹਿੰਦਾ। ਇਸ ਕਰਕੇ ਕਹਿੰਦਾ ਮੈਂ ਹਰ ਵਾਰ ਤੁਹਾਨੂੰ ਵੀ ਖੁਸ਼ ਰਿਹਾ ਕਰੋ, ਠੀਕ ਰਿਹਾ ਕਰੋ। ਸੁਖੀ ਵਸੇ ਘਰ ਵਾਰ ਧੀਏ, ਬਸ 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 ਬੰਦਾ ਜਿਹੜਾ ਦਿਲੋਂ ਖੁਸ਼ ਆ ਕਰੋ ਵੀ ਖੁਸ਼। ਦੀਵਾਨ ਤੋਂ ਵਾਪਸ ਚੰਗਾ ਬਾਬਾ ਬੋਲਾ ਵੀ ਬਰਾੜਦਾ ਨੀ ਇੱਕ ਗੁਰਮੁਖ ਪਿਆਰਿਆਂ ਦੇ ਘਰ ਗਏ, ਬਹੁਤ ਗੁਰਮੁਖ ਬੰਦੇ ਸੀ, ਬੜਾ ਸਤਿਕਾਰ, ਬੜਾ ਪ੍ਰੇਮ ਕਰਨ ਵਾਲੇ। ਹਾਂ, ਉਹ ਪ੍ਰੇਮ ਦਾ ਕੋਈ ਮੁੱਲ ਨੀ, ਇੰਨਾ ਪਿਆਰ ਉਹਨਾਂ ਨੇ ਬਖਸ਼ਿਆ, ਪਿਆਰ ਮੁੱਲ ਪਾਇਆ ਨਹੀਂ ਜਾ ਸਕਦਾ ਜੀ, ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਤੁਸੀਂ ਬਹੁਤ ਪਿਆਰੇ ਹੋ ਕਿਉਂਕਿ ਸਾਡੇ ਹੋ, ਤੇ ਖੁਸ਼ ਰਿਹਾ ਕਰੋ, ਚੜ੍ਹਦੀ ਕਲਾ ਚ ਰਿਹਾ ਕਰੋ, ਸਾਨੂੰ ਯਾਦ ਕਰਦੇ ਹੋ ਹਰ ਵੇਲੇ ਤੁਸੀਂ ਵੀ। ਪਰ ਆਪ ਜੀ ਦੇ ਬੋਲ, ਸਾਡੇ ਮਹਾਰਾਜ ਜੀ ਦੇ ਬੋਲ, ਸਾਡੇ ਪਿਆਰੇ ਦੇ ਬੋਲ ਸਾਡੇ ਕੰਨਾਂ ਚ ਪੈਂਦੇ ਰਹਿਣ, ਫਿਰ ਅਸੀਂ ਥੋੜੇ ਇੰਚਾਰਜ ਹੋਏ ਰਹੀਦਾ, ਠੀਕ ਹੈ। ਜੇ ਦੋ ਦਿਨ ਅਸੀਂ ਉਹਨਾਂ ਤੋਂ ਆਪਦੇ ਪਿਆਰੇ ਵਾਹਿਗੁਰੂ ਤੋਂ ਦੂਰ ਰਹੀਏ, ਫਿਰ ਸਾਡੀ ਵੀਡੀਓ ਵੇਖਣ ਯੋਗ ਹੁੰਦੀ ਹੈ, ਕਿਵੇਂ ਚਿਹਰਾ ਹੁੰਦਾ ਹੈ ਉਦਾਸ, ਉਦਾਸੀ ਛਾ ਜਾਂਦੀ। ਅਤੇ ਜਦੋਂ ਸਾਡੇ ਪਿਆਰੇ ਜਨ ਨੇ ਸਾਨੂੰ ਬੁਲਾਇਆ ਹੋਵੇ, ਉਹਨੇ ਸਾਨੂੰ ਆਪਦੇ ਮਿੱਠੜੇ ਬੋਲ ਸੁਣਾਏ ਹੋਣ, ਫਿਰ ਅਸੀਂ ਉਹਦੇ ਬੋਲ ਸੁਣ ਕੇ ਖੁਸ਼ ਰਹੀਦਾ ਹੈ। ਸਾਡਾ ਦੁੱਖ ਸੁੱਖ ਚਿੰਤਾ ਖੁਸ਼ੀ ਗਮੀ ਸਾਰਾ ਕੁਛ ਸਾਡੇ ਪਿਆਰੇ ਜੀ ਦੇ ਨਾਲ ਅਟੈਚ ਆ, ਉਹਦੇ ਨਾਲ ਹੀ ਸਾਡਾ ਸੁੱਖ ਹੈ, ਉਹਦੇ ਨਾਲ ਹੀ ਸਾਡਾ ਦੁੱਖ ਹੈ। ਅਤੇ ਖੁਸ਼ ਰਹੋ, ਚੜ੍ਹਦੀ ਕਲਾ 'ਚ ਰਹੋ, ਅਤੇ ਹੁਣ ਅਸੀਂ ਜਾਂਦੇ ਹਾਂ ਆਪਣੇ ਨਗਰਾਂ ਨੂੰ, ਵਤਨਾਂ ਨੂੰ ਵਾਪਸ। ਅਤੇ ਸਾਢੇ ਇੱਕ ਵੱਜ ਗਿਆ, ਸਾਢੇ ਇੱਕ ਡੇਢ ਵੱਜ ਗਿਆ, ਡੇਢ ਵੱਜ ਗਿਆ। ਅਤੇ ਜਨਮ ਭੂਮੀ ਨੂੰ ਜਾ ਰਹੇ ਹਾਂ ਹੁਣ ਬਾਬਾ ਭੁੱਲਾ ਸਿੰਘ ਕਹਿੰਦੇ। ਤੇ ਸਾਢੇ ਇੱਕ ਵੱਜ ਗਿਆ, ਤੇ ਸਾਢੇ ਦੋ ਵੱਜਦੇ ਨੂੰ ਅਸੀਂ ਉੱਥੇ ਵਗ ਜਾਈਏ। ਬਾਬਾ ਜੀ ਦੇਖ ਲਓ, ਲੋਕ ਕਹਿੰਦੇ ਨੇ ਵੀ ਡੇਢ ਕਹਿ ਦਿੰਦੇ ਨੇ, ਕਹਿੰਦੇ ਵੀ ਡੇਢ ਵੱਜ ਗਿਆ, ਢਾਈ ਵੱਜ ਗਿਆ, ਐਂ ਕਹਿੰਦੇ ਕਹਿੰਦੇ ਵੀ ਸਾਢੇ ਇੱਕ ਵੱਜ ਗਿਆ, ਸਾਢੇ ਦੋ ਵੱਜ ਗਏ। ਤੇ ਅਸੀਂ ਸਾਢੇ ਇੱਕ ਹੋ ਗਿਆ, ਸਾਢੇ ਦੋ ਵੱਜਦੇ ਨੂੰ ਅਸੀਂ ਵਾਪਸ ਚਲੇ ਜਾਣਾ। ਫਿਰ 4 ਵਜੇ ਜਾ ਕੇ ਸਾਡੇ ਨਿੱਕੇ ਨਿੱਕੇ ਭਾਈ ਮੇਰੇ ਬੱਚੇ ਆਉਂਦੇ ਆ ਗੁਰਬਾਣੀ ਸਿੱਖਣ ਵਾਲੇ, ਉਹਨਾਂ ਨੂੰ ਫਿਰ ਅਸੀਂ ਗੁਰਬਾਣੀ ਦੀ ਸੰਥਿਆ ਦੇਣੀ ਹੁੰਦੀ ਹੈ। ਅਤੇ ਹੁਣ ਅਸੀਂ ਕਰਦੇ ਹਾਂ ਡਰਾਈਵਿੰਗ, ਕਿਤੇ ਡਰਾਈਵਿੰਗ ਕਰਦੇ ਵੇਲੇ ਫੋਨ ਨਹੀਂ ਚਲਾਈਦਾ ਹੁੰਦਾ, ਕਿਉਂਕਿ ਹੁਣ ਅਸੀਂ ਪਹਿਲਾਂ ਖੁੱਲ੍ਹੀ ਜਿਹੀ ਥਾਂ 'ਤੇ ਜਾਂਦੇ ਸੀ ਤਾਂ ਕਰਕੇ ਮੈਂ ਫੋਨ ਚਲਾ ਰਿਹਾ ਸੀ, ਪਰ ਹੁਣ ਥੋੜ੍ਹੀ ਟ੍ਰੈਫਿਕ ਹੈ ਇਸ ਕਰਕੇ ਮੈਂ ਫੋਨ ਵੱਲ ਵੇਖ ਵੀ ਨਹੀਂ ਸਕਦਾ। ਅਤੇ
ਨਿਗਾਹ ਜਿਹੜੀ ਸਾਹਮਣੇ ਉਹ ਹੁਣ ਗੱਡੀ ਦੇ ਵਿੱਚ ਸਿੱਧੀ ਰੱਖੋ ਤੇ ਉਧਰ ਚਲਾਉਂਦੇ ਆ ਤੇ ਚੜ੍ਹਦੀ ਕਲਾ ਚ ਰਹੋ, ਖੁਸ਼ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।